बुखार हो गया टिके बह जा कर सारा दिन बीड़िया हल हल करता फिर रहना बीमार हो रोटी पकाने दवाई लैन भेजता चल चंगा तेरी मम्मी तू ना कुजी छनका के ले ला उन्हें कह दे कुजी छनका के दे दे आथन नु ठीक हो जाएगा मेरी मां ही करदी हुंदी है मैं नजला नहीं हटदा नजला नहीं हटदा चल चंगा भाग जा फिर आ जी चंगा चंगा पेने जीजू लग जांदागा नाम दानी जीरा पता होली होली किसी कोई कोई गा दो कोई गुण चल आ जा गान जी मेरे पिंड दियो नहर नु स्नेहा दे दियो कोई नी मैं फिर तारी लाऊ सिबियांच सड़के नी मैं कुजे विच आऊंगा सुहा बनके आखरी सलाम यारा यांदी वारा की पता चोपर दी भट्टो ते हो जाड़ा रिप रिप ऐसा ने बढ़िया गाड़ पराने ताली दाए लुट लै मेला कार्ज हो गए पूरे भागा वाले पूरे हो गए जी बेटा ले रहा है कोई ना जिदा लेखा जोखा हो रहा उदा ना बाप हो गया ना मरे ज ना जोंदे ज ना मैं दोबारा टायर टूर चाड़ देने दे ते मैं नाटक कर लो जी रोण वाला है माताया जी मर गई नाटक कर ला मैं कंठ दा बोलन लग गया कंठ लग गया बोलना तेनु की लोड़ दी ताया चढ़ दी ताया चक हां मरे नहीं चक लो जी हजे घंटा कितना लेखा जोखा बाड़ा रहना बाप बहुत करे ने तोड़ा ना मरा सरचा तो के सही रह गए जी कट दे फिर कोई ना तो तू बच जाएगा फिंगरप्रिंट ना यार फिंगरप्रिंट हां जी मैंने कुछ कहा मैंने कुछ करया नाग वाल पाई फिर फिंगरप्रिंट तो नहीं आंदे उच्चा चढ़ना दी जी थोड़ा जा उच्चा चढ़ना कोई ना बहुत है ना चक चक के नहीं एक मिनट अंकड़ी इसके मारूं जी की पता राज मर जाए जी कंप्यूटर करा ला इदा चल मर जाओ मेरी गल सुनो जी हां खिचा नहीं आदा मैं थोए साला सा मैं मंजा लेके आना हां ले आओ मंजा मैं तवड़ा पुछ के मैं कमया रे दो कौन हजे कड़ा मरया जी हैं हजे नहीं मरया जी हां जी आ हुन भी बुला रहे है आ जा परमात्मा सच्चे पासा बौड़ जा आ जा हैं ए ते पा दो जी की कहंदा है रील जी कठी हो गई करी कोई ना पा दांगे आऊं तो रख लेखा जोखा तो आंदा ही हुंदा कोई ना हुए नहीं जी पूरे हो ही नहीं है टाइम बहुत ले रहा है
ਕਿਵੇਂ ਕਰੀਏ? ਆ ਚਮਚੇ ਨਾਲ ਪਾਣੀ ਪਾਓ ਜੀ। ਮਾਉਥ ਅੱਡ ਹੋਏ ਸਪੂਨ ਨਾਲ ਪਾਣੀ ਪਾਵਾਂ। ਕੋਈ ਨਹੀਂ ਘਰੇ ਹੈਗਾ ਨਾ ਮਾਮੇ ਨੂੰ ਐ ਨਹੀਂ ਹੈਗਾ ਵੀ ਮੈਂ ਬਿਮਾਰ ਹੋ ਰਿਹਾ ਘਰੇ ਟਿੱਕੇ ਬਹਿ ਜਾ। ਦਲਵੀਰ ਨੇ ਤਾਂ ਬਹਿਣਾ ਹੀ ਕੀ ਆ ਘਰੇ। ਜਮੀ ਨਹੀਂ ਸੋਚਦਾ ਵੀ ਮੈਂ ਹੋਰ ਬਿਮਾਰ ਹੋ ਜਾਊਂਗਾ ਫਿਰ ਮੈਨੂੰ ਕੌਣ ਸਾਂਭੂਗਾ। ਉਹ ਸੱਚ ਮੈਂ ਤਾਂ ਭੁੱਲ ਹੀ ਗਈ ਸੀ ਐ ਨਹੀਂ ਪਤਾ ਮਾਮਾ ਤਾਂ ਬਾਗਲ 'ਚ ਹੋਵੇ। ਮੈਂ ਉਹੀ ਗਾਲਾਂ ਦੇਈ ਜਾਂਦੀ ਹਾਂ ਦੇਖਦੀ ਹਾਂ ਜਾ ਕੇ ਉਹਨੂੰ ਮੈਂ। ਚੱਲ 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 ਕਿੰਨਾ ਕੁ ਟਾਈਮ ਲੱਗੂ ਇਹਨੂੰ ਪੂਰਾ ਹੋਣ ਦਾ? ਹੁਣ ਪਰਮਾਤਮਾ ਨਹੀਂ ਪਤਾ ਇਹਦਾ ਲੇਖਾ ਜੋਖਾ ਕਰ ਰਿਹਾ। ਸਹੀ ਗੱਲ ਹੈ ਜੀ। ਪਾਣੀ ਤਾਂ ਲੈ ਰਿਹਾ ਬੋਕੀ ਚੱਲ ਰਹੀ ਹੈ ਇਹਦੀ। ਬੋਕੀ ਚੱਲਣ ਨੂੰ ਕਿਹੜਾ ਟੁੱਲੂ ਪੰਪ ਹੈ ਜੀ ਇਹ ਤਾਂ ਛੇਤੀ ਕੰਮ ਨਿਬੇੜੋ। ਨਿਬੜ ਗਿਆ ਕੰਮ ਤਾਂ। ਹੋਰ ਉੱਤੇ ਪਾ ਦੇ ਜੀ ਕੱਪੜਾ। ਪਾ ਦੇ ਪਾ ਦੇ ਪਾ ਦੇ। ਨਹੀਂ ਨਹੀਂ ਫਿੰਗਰ ਪ੍ਰਿੰਟ ਆ। ਨਹੀਂ ਨਹੀਂ ਕਿਹਨੂੰ ਬੁਲਾ ਦੋ? ਕਹਿੰਦਾ ਜੀ ਨਾ ਬੁਲਾਓ ਜੀ ਕਿਸੇ ਰਿਸ਼ਤੇਦਾਰ ਨੂੰ। ਕਿਵੇਂ ਕਰਨਾ ਫਿਰ? ਕੋਈ ਨਾ ਹਜੇ ਪੂਰਾ ਤਾਂ ਹੋ ਜਾਣ ਦੋ। ਤੌੜਾ ਤਾਂ ਲੈ ਆਵਾਂ ਮੈਂ ਘਮਾਰਾਂ ਦਿਓ। ਕੋਈ ਨਾ ਜੀ ਮਹਿੰਗਾ ਲੱਗੂ ਹਜੇ ਤੌੜਾ ਜਿਹਾ ਮਰ ਗਿਆ ਉਦੋਂ ਸਾਰਾ ਕੁਝ। ਕਹਿ ਉਦੋਂ ਜੀਐਸਟੀ ਕੱਟ ਕੇ ਦਿੰਦੇ ਨੇ ਉਹ। ਕੋਈ ਨਾ ਜੀ ਕੋਈ ਨਾ ਉਦੋਂ ਲੈ ਕੇ। ਕਿਵੇਂ ਕਰਨਾ ਹੁਣ? ਅਸੀਂ ਵੇਟ ਕਰੀਏ ਦੀ ਦੇਖ ਲਓ। ਅਸੀਂ ਤੁਰ ਜਾਂਦੇ ਨੇ ਹਨਾ ਜੀ। ਮੈਂ ਤਾਂ ਕਹਿਣਾ ਕੁਝ ਨਹੀਂ ਹੁੰਦਾ ਤੂੰ ਕੁਹਾੜੀ ਦੇ ਦੇ। ਅਸੀਂ ਤੁਰ ਜਾਂਦੇ ਨੇ ਦੇਖੋ ਬੰਦੇ ਸਾਲਾ ਸਾਹਿਬ। ਹਾਂ ਜੀ ਉਹ ਦੇਖੋ ਉੱਥੋਂ ਦੇਖੋ ਪੁੱਟ ਹਿਲਾ ਰਹੇ ਨੇ ਇਹ ਪੈਰ। ਇਹਦਾ ਵਿਆਹ ਕੋਲ ਰਿਹਾ ਇਹ। ਵਿਆਹ ਨੂੰ ਕਿਹੜਾ ਜੀ ਡੱਡੂ ਖਾਣਾ ਇਹ? ਮੈਂ ਕਹਿਣਾ ਜੀ ਆਪਾਂ ਪੱਤਰਕਾਰ ਬੁਲਾ ਕੇ ਸਾਰੇ ਜ਼ਿਲ੍ਹਿਆਂ ਦੇ ਆਪਾਂ ਜੀ ਦਿਖਾ ਦਿੰਦੇ ਆ ਲੋਕਾਂ ਦੇ ਵਿੱਚ ਵੀ ਇਹ ਨਾਮ ਆ ਜਾਣਾ ਆਪਣਾ ਨਾਮ ਆ ਜਾਣਾ ਮੀਡੀਆ ਦੇ ਬੱਚਾ ਕਰਚਾ। ਕਿਵੇਂ ਹੋ? ਸਤਿ ਸ੍ਰੀ ਅਕਾਲ ਆ ਗਏ ਤੁਸੀਂ? ਕਦੋਂ ਆਏ? ਕੋਈ ਨਾ ਕੋਈ ਨਾ ਚੱਲਣਾ ਦੇਖੋ ਥੱਲੇ ਨਾ ਦੇਖੋ ਜਿਹੜਾ ਪਾਣਾ ਬਰਤਨਾਂ ਦੀ ਬਾਤ। ਕੋਈ ਨਾ ਤਾਂ ਸਵੀਟ ਆ ਸਵੀਟ ਕਰਕੇ ਮੈਨੂੰ ਮਿੱਠਾ ਕਰਕੇ ਮੈਨੂੰ ਰੱਬ ਦਾ ਪਾਣਾ। ਇਹ ਇਹ ਐਮਪੀ ਤੋਂ ਆਪਣੇ ਨਾਲ ਭਈਆ ਰਲਿਆ ਸੀ ਉਹ ਅੱਜ ਡਾਣਾ ਵੜਦਾ ਤੇ ਥੱਲੇ ਆ ਕੇ ਥੱਲੇ ਡਿੱਗ ਕੇ ਧੜੰਮ ਮਰ ਗਿਆ ਵਿਚਾਰਾ। ਅੱਧੀ ਐਮਪੀ ਸੁੰਨੀ ਹੋ ਗਈ ਕੋਈ ਚੁੱਲਾ ਨਹੀਂ ਵਾਲਿਆ ਐਮਪੀ ਦਾ ਬੱਚਾ। ਫਿਰ ਇਹਨੂੰ ਇਹਦੇ ਘਰੇ ਭੇਜ ਦੋ ਹੁਣ ਆਪਾਂ ਕੀ ਕਰਨਾਗਾ? ਕੋਈ ਨਾ ਘਰ ਨੂੰ ਰੋਕੜਾ ਇਹ ਮੁਰਗਾ ਦੀ ਵਿਚਾਰਾ ਮੇਰੀ ਗੱਲ ਸੁਣ ਲਾ 60,000 ਚ ਰਲਿਆ ਸੀਗਾ ਆ ਵਿਚਾਰਾ ਮਰ ਗਿਆ। ਵੇ ਮਰਿਆ ਨਹੀਂ ਤੇ ਪੈਰ ਹਲਾਈ ਜਾਂਦਾ ਉਹਦੇ। ਹਾਂ ਇਹਦਾ ਵਿਆਹ ਕੋਲ ਰਿਹਾ ਮਿੱਤੀ। ਵਿਆਹ ਕੋਲ ਹੁਣ ਸਾਪਾ ਬੰਦਾ ਇਹ। ਉਹ ਬਈਏ ਮੀਟ ਮੱਸੀ ਡੱਡੂ ਡੱਡੂ ਖਾਂਦੇ ਨੇ ਜ਼ਹਿਰ ਤਾਂ ਉਹਨਾਂ ਨੂੰ ਹੁੰਦਾ ਜ਼ਹਿਰ ਹੁੰਦੇ ਬਈਆਂ ਜਾ। ਤੂੰ ਆ ਗਈ ਵਧੀਆ ਹੋ ਗਿਆ। ਮਾਮਾ ਦੱਸ ਕਿੱਥੇ ਪਹਿਲਾਂ ਮੇਰੇ ਮਾਮੇ ਨੇ ਮਿਲਣਾ ਹੈ। ਮਾਮਾ ਮਾਮਾ ਤੇ ਗਿਆ ਹੋਇਆ ਕਿਆ ਹੋਇਆ ਉਹਦੇ ਇੱਥੇ? ਚੰਦ ਮਾਮਾ ਰਾਤ ਨੂੰ ਆਉ। ਚੰਦ ਮਾਮਾ ਵੀ ਚੰਦ ਮਾਮਾ ਨਹੀਂ ਮੇਰਾ ਮਾਮਾ। ਮੇਰਾ ਮਾਮਾ ਵੀ ਚੰਦ ਵਰਗੀ ਆ। ਮੇਰਾ ਮਾਮਾ ਦੱਸੋ ਕਿੱਥੇ ਹੈਗਾ? ਉਹ ਲੇਖਾ ਜੋਖਾ ਹੋ ਰਿਹਾ ਉਹਦੇ ਨਾਲ। ਚੱਕੀ ਤੇ ਆਟਾ ਚੱਕਣ ਦੇ ਹਿਸਾਬ ਕਰ ਰਿਹਾ ਹੈ ਹਿਸਾਬ। ਮੈਂ ਬਿਮਾਰ ਹਾਂ ਚੱਕੀ ਤੇ ਕਿਵੇਂ ਵਗ ਜੂਗਾ? ਠੀਕ ਹੋ ਗਿਆ ਠੀਕ ਹੋ ਗਿਆ ਗੱਡੀ 'ਚ ਗਿਆ ਗੱਡੀ 'ਚ ਚੱਕੀ ਤੇ ਗਿਆ। ਮੇਰੀ ਗੱਲ ਸੁਣ ਆਪਾਂ ਇਹਦਾ ਨੂੰ ਕੇਸ ਸੀਗਾ ਮਿੱਤੀ ਤੇ ਆਪਰ ਕੇਸ ਨੂੰ ਹੁਣ ਅੰਦਰ ਲਾ ਦੀਏ ਵਿਚਾਰੇ ਨੂੰ। ਲਾਓ ਕੇਸ ਲਾ ਦੋ ਇੱਕ ਹੋ ਵੀਰ ਕਰ ਦੇ ਅਰਦਾਸ ਨਾ ਰੱਬ ਹਨਾ ਕੇਸ ਨੂੰ ਕਰ ਦੇ ਚਾਲਾ। ਹਾਰ ਰਿਪ ਰਿਪ ਹੋ ਗਿਆ ਇਹਦਾ ਵਿਚਾਰੇ ਦਾ ਨਾ ਰੱਬ ਵਿਚਾਰਾ ਨਾ ਮਰੇ ਆਪਦੇ ਨਾ ਵਾਂਗੂ ਅਰਦਾਸ ਕਰੀਂ ਕਿ ਕੋਈ ਆਪਦਾ ਗਾ ਜਿਵੇਂ ਆਪਦੇ ਵਾਂਗੂ ਅਰਦਾਸ ਕਰੀਂ। ਮੈਂ ਉਧਰ ਚੱਕ ਦੇ ਤੇ ਇਧਰ ਆ ਜੂਨ ਤਾਂ ਪੈ ਗਿਆ ਹੁਣ ਇਹ ਕਰ ਦੇ ਤੇ ਇਧਰ ਹੋ ਗਏ ਜੀ ਤਾਂ ਪੂਰੇ ਹੋ ਗਏ ਜੂਨ ਜੁਲਾਈ ਅਗਸਤ ਪੈ ਗਿਆ ਹੁਣ ਇਹ ਲੈ ਮਾਮੇ ਵਰਗੀ ਲੱਗਦਾ। ਬੇ ਪੁੱਤ ਕਿੱਥੇ ਜਾ ਰਿਹਾ ਤੂੰ? ਮੈਂ ਮਾ ਉੱਥੇ ਜਾ ਕੇ ਹੋਈ ਮੌੜਾਂ ਆਪਾਂ ਜ਼ਮੀਨ ਬਾਉਣੇ ਤੇ ਫਿਰ ਚੰਗੇ ਲੱਗਦੇ ਹੋ ਬਾਰ ਬਾਰ ਗੇੜੇ। ਨਾ ਨਾ ਕੋਈ ਨਾ ਮਾਂ ਮੈਂ ਕਰ ਦਿੰਦਾ ਤੂੰ ਨਾ ਇਹ ਕੰਮਾਂ ਦੀ ਟੈਨਸ਼ਨ ਲਿਆ ਕਰ। ਹੋਰ ਮੈਂ ਜਦੋਂ ਗੇੜੇ ਜਿਹਾ ਲਾਉਂਦਾ ਕਹਿੰਦਾ ਇੱਕ ਦੋ। ਨਾ ਕੋਈ ਨਹੀਂ ਇਹਨੂੰ ਮੈਂ ਕਰਦਾ ਫੋਨ ਵੀ ਤੂੰ ਬਈ ਮੈਨੂੰ ਕਰਿਆ ਕਰ ਫੋਨ ਘਰੇ ਗੇੜਾ ਮਾਰਨ ਦਾ ਕੀ ਮਤਲਬ? ਹਾਂ ਆਪਾਂ ਕਿਹੜਾ ਕਦੇ ਅੜਕੇ ਥੁੜਕੇ ਦਿੰਦੇ? ਨਾ 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 ਕੋਈ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ। ਮੈਨੂੰ ਟਾਈਮ ਲੱਗ ਜੂ ਮਾੜਾ ਜਿਹਾ ਮਾਂ। ਕਿੰਨਾ ਕੁ ਟਾਈਮ ਲੱਗ ਜੂ ਪੁੱਤ? ਮੈਂ ਮਾੜਾ ਜਾ ਕੇ ਆਉਣਾ ਫਿਰ ਸਿਮਰੀ ਨਾਲ ਪਹਿਲਾਂ ਮੈਨੂੰ ਰੇਹ ਦਾ ਥੱਲੇ ਲਿਆ ਕੇ ਉਹ ਪਾ ਕੇ ਫਿਰ ਮੈਂ ਜਾਊਂਗਾ ਕੰਮ। ਖੇਤ ਕਣਕ ਚ ਪਾ ਹਾਂ ਕੱਟ ਗਏ ਦੀ ਆਪਣੇ ਮਾਂ ਚੱਕ ਲਈਏ ਚੱਲ ਠੀਕ ਆ। ਫਿਰ ਆਪਾਂ ਕਾਹਨੂੰ ਲੈਣੇ ਨੇ ਉੱਥੋਂ? ਆਹ ਬਾਜੀ ਤਾਂ ਲਿਕੜੀ ਕਣਕ ਦੀ ਡਿੱਗੀ ਤਾਂ ਨਹੀਂ। ਨਾ ਨਾ ਠੀਕ ਆ ਜਮਾ ਠੀਕ ਆ ਆਪਣੀ ਤਾਂ ਆਪਣੀ ਤਾਂ ਵਧੀਆ ਖੜੀ ਆ। ਠੀਕ ਆ ਪੁੱਤ ਠੀਕ ਆ। ਦੇਖੀ ਵਿਚਾਰੇ ਦਾ ਕੀ ਹਾਲ ਕੀਤਾਗਾ? ਕੀ ਕੀਤਾ ਸਿਸਟਰ? ਠੀਕ ਤਾਂ ਹੈ ਇਹਦੇ ਟ੍ਰੈਡ ਚਾੜਤਾ ਹਾਲ ਨੂੰ ਮਰੀ ਇੰਨੀਆਂ ਗਈ। ਤੂੰ ਤਾਂ ਬੋਲ ਹੀ ਨਾ ਸਾਰੀ ਗਲਤੀ ਤੇਰੀ ਹੋਊਗੀ। ਨਾ ਜਦੋਂ ਮੈਂ ਆਈ ਆ ਉਹ ਤੱਕ ਚੱਕ ਕੇ ਮੰਜੇ ਤੇ ਪਾ ਦਿੰਦੇ। ਪੌਣੀ ਲੱਗੇ ਸੀ ਬਸ ਸਿਸਟਰ ਉਦੋਂ ਤੁਸੀਂ ਆ ਗਏ। ਹਾਂ ਬੈਠੇ ਸੀ ਉਹਦੇ ਸਿਰਾਣੇ ਐਵੇਂ
ਪਰ ਨਾ ਬੈਠੇ ਕੱਲਾ ਛੱਡ ਜਾਂਦੇ ਅਲੋਨ ਛੱਡ ਜਾਂਦੇ ਅਸੀਂ ਮੈਂ ਤੈਨੂੰ ਐ ਪੁੱਛਦੀ ਮੰਜੇ ਤੇ ਚੱਕ ਕੇ ਪਾ ਲੈਂਦੇ ਪੁੰਜੇ ਪਿਆ ਸੀ ਵਿਚਾਰਾ ਠੰਡ ਲੱਗਦੀ ਹੋਣੀ ਉਹਨੂੰ ਪੁੰਜੇ ਤਾਂ ਪਾਇਆ ਤੀ ਵੀ ਕਰੰਟ ਨਾਲ ਲੱਗ ਗਿਆ ਤੀਗਾ ਹਾਂ ਥੋੜਾ ਜਿਹਾ ਲੱਗ ਗਿਆ ਸੀ ਹਾਂ ਕਿਹਨੇ ਕਿਹਾ ਕਰੰਟ ਨਾਲ ਲੱਗ ਗਿਆ ਅਸੀਂ ਕਿਹਾ ਉਹ ਉਤਾਰ ਜਾਂਦੀ ਇਲੈਕਟ੍ਰਿਸਿਟੀ ਜਾਂਦੀ ਹਾਂ ਉਹਦੇ ਨਾਲ ਉਹ ਚਿਪਕ ਗਿਆ ਇਹ ਥੱਲੇ ਪਾਤਾ ਫਿਰ ਮਿੱਟੀ 'ਚ ਵੀ ਐ ਸੁੰਗੜ ਜੇ ਉਹ ਸੱਤੀ ਇਹਦੀ ਮਿੱਟੀ ਦੀ ਲੈ ਜਾਂਦੀ ਉੱਪਰ ਕਿਉਂ ਚੜਾਇਆ ਸੀ ਤੁਸੀਂ ਅਸੀਂ ਕਿੱਥੇ ਚੜਿਆ ਅਸੀਂ ਕਦੋਂ ਕਾ ਛਾਤਰ ਚੜਾਇਆ ਉੱਪਰ ਫਿਰ ਆਪੀ ਕਿਵੇਂ ਚੜ ਕੇ ਬੁੜਾ ਸਰੀਰ ਹੈ ਕਿ ਬਿੱਲੇ ਮੱਗ ਤੋਂ ਟਪੂਸੀਆਂ ਮਾਰਦਾ ਰਹਿੰਦਾ ਆਪੀ ਚੜ ਕੇ ਕਹਿੰਦਾ ਮੇਰੀਆਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਮੈਂ ਡਾਣਾ ਵੜਦਾ ਪਰ ਤੁਸੀਂ ਰੋਕ ਦਿੰਦੇ ਜਿਹੜਾ ਕੰਮ ਤੁਸੀਂ ਕਰਨਾ ਹੋਏ ਤੋਂ ਕਰਾਉਣੇ ਉਹ ਰੋਕਿਆ ਦੀ ਕਹਿੰਦਾ ਜ਼ੋਰ ਪਿਸ਼ਰਮ ਆਏ ਪੁਰਾਣੀ ਖਰਾਕ ਅਸੀਂ ਕਿੱਥੇ ਰੋਕਦਾ ਡਾਣਾ ਮੁੱਸਣਾ ਮੁੱਸਤਾ ਹੋਰ ਕਿਵੇਂ ਠੀਕ ਹੋ ਜੀ ਲੈ ਬੋਲਦਾ ਹੈ ਨਾ ਹੀ ਸਮਿੱਤੀ ਬੇਬੀ ਤੂੰ ਟੈਨਸ਼ਨ ਨਾ ਲੈ ਜਾਨ ਮੈਨੂੰ ਸਾਰੀਆਂ ਚਾਲਾਂ ਦਾ ਪਤਾ ਤੁਹਾਡੀਆਂ ਦਾ ਤੂੰ ਇੱਥੇ ਕੀ ਕਰਨ ਆਇਆ ਗਾ ਨਾਲੇ ਕੋ ਮੇਰੀ ਸਿਸਟਰ ਦਾ ਘਰ ਆ ਮੈਂ ਆ ਨਹੀਂ ਸਕਦਾ ਯਾਰ ਮੇਰੀ ਭੈਣੀ ਨਹੀਂ ਰਹੇਗੀ ਤੂੰ ਕੀ ਕਰਨ ਆਉਣਾਗਾ ਮੇਰੀ ਭੈਣ ਨੂੰ ਸੈਂਟਰ 'ਚ ਨਾ ਲੈ ਕੇ ਤੂੰ ਵਿਚਾਲੇ ਨਾ ਲੈ ਕੇ ਮੇਰੀ ਭੈਣ ਨੂੰ ਬੱਚਾ ਤੇ ਮਾਮਾ ਬਿਮਾਰ ਹੋ ਰਿਹਾ ਤੂੰ ਆਪਦੇ ਘਰ ਵਾਲੀ ਕਿਉਂ ਦਬੱਲੀ ਆ ਬਈ ਉਹ ਫੇਰ ਗੱਲ ਕਰ ਲਾਂਗੇ ਪਹਿਲਾਂ ਤੁਸੀਂ ਮਾਮਾ ਜੀ ਨੂੰ ਸਾਂਭ ਲਓ ਮੇਰੀ ਰੋਟੀ ਨਾ ਦੇਣੀ ਪੈ ਜੇ ਮੇਰੀ ਭੈਣ ਨੂੰ ਕਿਉਂ ਲੈ ਕੇ ਆ ਰਹੀ ਆ ਤੂੰ ਬੱਚਾ ਤੂੰ ਤਾਂ ਚੁੱਪੀ ਕਰ ਜਾ ਮੇਰੀ ਗੱਲ ਸਿਸਟਰ ਕੋਈ ਗੱਲ ਨਹੀਂ ਠੀਕ ਰਹੇ ਜੇ ਬਾਲਾ ਕੋਈ ਮਣਕਾ ਹੈ ਲੇਗਾ ਡਾਕਟਰ ਗੋਲ ਤੋਂ ਦਿਖਾ ਲਾਂਗੇ ਉਹ ਗੋਲ ਲਵੇ ਜਾਣ ਦੀ ਕੀ ਲੋੜ ਆ ਯਾਰ ਸਾਰੀਆਂ ਚਾਲਾਂ ਤੇ ਮੈਨੂੰ ਤੈਨੂੰ ਤਾਂ ਪਤਾ ਹੈਗਾ ਵੀ ਮਰ ਜੂਗਾ ਕੀ ਪਤਾ ਮੈਨੂੰ ਮੈਨੂੰ ਮਿਲ ਜੂਗੀ ਕਿ ਮੈਨੂੰ ਕੋ ਗਲਤ ਕਹੀ ਨਾ ਮੇਰੀ ਗਲਤੀ ਆ ਗਲਤੀ ਤੇਰੀ ਆ ਸਾਰੀ ਤੇਰੀ ਗਲਤੀ ਆ ਮੱਛਰ ਹੈ ਫਿਰਦਾ ਤੂੰ ਮੱਛਰ ਦਾ ਤੁਸੀਂ ਫਿਰਦੇ ਸਾਰਾ ਘਰ ਖਾ ਗਏ ਦਾ ਹਾਂ ਮਾਮੇ ਹਾਂ ਠੀਕ ਹੈ ਤੂੰ ਹਾਂ ਹੌਲੀ ਬੋਲਦੀ ਐ ਨਾ ਮੈਨੂੰ ਐਂ ਦੱਸੋ ਤੁਸੀਂ ਤਾਂ ਕਿਹਾ ਕਿ ਤੇ ਭਈਆ ਪਿਆ ਪਿਆ ਤਾਂ ਮੇਰਾ ਮਾਮਾ ਉਹ ਤੇ ਭਈਆ ਵਰਗੀਆਂ ਨਾ ਉਹਦਾ ਤਾਂ ਹੈ ਨਹੀਂਗਾ ਫਲੋ ਫਲੋ ਚ ਕਿਹਾ ਗਿਆ ਬਿਮਾਰ ਬੰਦਾ ਨਾ ਹੁੰਦਾ ਹੁੰਦਾ ਪਹਿਲੇ ਮੈਂ ਇਸਨਾਨ ਨਹੀਂ ਕਰਦਾ ਬਿਮਾਰ ਤਾਂ ਹੋ ਰਿਹਾ ਕਿੱਥੋਂ ਨਾ ਲੂਗਾ ਫਾਇਬ ਇਸਨਾਨਾ ਕਰ ਲੈ ਫਿਰ ਕਿਉਂ ਤੁਸੀਂ ਉਹ ਕਰੀ ਜਾਂਦੇ ਹੋ ਕਿਉਂ ਕੀ ਹੋ ਗਿਆ ਠੀਕ ਨਹੀਂ ਤੂੰ ਡਾਕਟਰ ਨੂੰ ਬੁਲਾ ਕੰਮੇ ਜਾਂਦਾ ਕੰਮਾਂ ਨੂੰ ਕੁਝ ਨਹੀਂ ਹੋਇਆ ਆ ਡਾਉਣਾ ਲੈ ਖੜਾ ਹੋ ਜਾ ਉਹਦਾ ਆ ਦੇਖੋ ਆ ਦੇ ਨਾ ਇਹਦਾ ਚੰਡੋਲ ਝੂਟਦਾ ਰਹਿ ਝੂਟਦੀ ਚੰਡੋਲ ਜੱਟੀ ਏ ਛੱਡ ਮੈਨੂੰ ਹੈ ਬੋਲਣ ਵੀ ਲੱਗ ਗਿਆ ਤਾਂ ਤੂੰ ਡਾਕਟਰ ਨੂੰ ਬੁਲਾ ਡਾਕਟਰ ਨੂੰ ਬੁਲਾ ਲੈ ਜੀ ਡਾਕਟਰ ਲਵੇ ਜਾਣ ਦੀ ਕੋਈ ਲੋੜ ਨਹੀਂ ਸੰਤ ਬਲਵੈਰ ਸੌਰੀ ਬਲਵੀਰ ਸਿੰਘ ਘੋੜਸ ਦੇ ਨਾਲ ਫੈਬ ਮੰਤ ਸਲਾਈ ਨੇ ਮੈਂ ਤਾਂ ਸੰਭਾਲੂ ਦੇ ਤੂੰ ਸਾਹਮਣੇ ਜੂ ਹੈ ਉਹ ਕਿੱਥੋਂ ਮਿਲੂ ਹੁਣ ਸਮਾਣੂ ਮੈਂ ਜੇਬ 'ਚ ਹੀ ਰੱਖ ਦਾਂਗਾ ਮੇਰੇ ਲਵੀਆ ਸਮਾਣੂ ਤੂੰ ਐ ਐਦਾਂ ਕਰ ਤੂੰ ਇੱਕ ਨਾ ਮਾਰੂ ਚਾਹ ਲੈ ਕੇ ਆ ਜਿਹੜੀ ਮਾਲਟੇ ਵਰਗੀ ਦਾਰੂ ਹੋਵੇ ਠੀਕ ਆ ਉਹਦੇ ਵਰਗੀ ਲੱਗੇ ਮਤਲਬ ਉਹਦੇ ਵਰਗਾ ਕਲਰ ਆਵੇ ਉਹ ਲੈ ਕੇ ਆ ਤੂੰ ਜਾਦੇ ਪੱਤੀ ਪੋਤੀ ਪਾ ਕੇ ਠੀਕ ਆ ਪੂਰਾ ਨਾਈਸ ਕੰਮ ਕਰਦੇ ਇਹਦਾ ਹੁਣ ਸਮਾਣ ਤੂੰ ਮੈਂ ਦੇਖ ਇਹਦਾ ਹੁਣ ਮਿਲਖਸ਼ਕ ਬਣ ਜਾਣਗੇ ਠੀਕ ਹਾਂ ਹਾਂ ਕੋਕਾ ਕੋਲਾ ਹਾਂ ਉਹੀ ਬਿਲਕੁਲ ਸੇਮ ਕੋਈ ਚੱਕਰ ਨਹੀਂ ਠੀਕ ਆ ਠੀਕ ਹੈ ਚੰਗਾ ਮੈਂ ਗਲਾਸ ਚਾ ਲੈ ਠੀਕ ਹੈ ਹੱਥ ਖੜਾ ਕਰਦਾਗਾ ਕਾਂਗਰਸ ਵਾਲੇ ਪਾਰਟੀ ਵਾਂਗੂ ਮੈਂ ਚਾਹ ਪੀਏਗਾ ਹਾਂ ਮੈਂ ਕਰਕੇ ਲਿਆਉਂ ਨਾਈਸ ਹੈ ਮੇਰੀ ਗੱਲ ਸੁਣ ਲਾ ਇੱਕ ਕੱਟੋ ਕੁਝ ਦੱਸਤਾ ਮੈਂ ਤੇਰਾ ਗੱਤਲਾ ਕੁੱਟ ਦੂੰਗਾ ਮੈਂ ਦੱਸਤੀ ਤੈਨੂੰ ਗੱਲ ਮੈਂ ਨਹੀਂ ਪਰ ਗੋਲ ਕੂਜ ਕਰਦਾ ਹੁੰਦਾ ਗੱਡਾਂ ਕਰਦਾ ਕਿਤੇ ਹੋਰ ਤੂੰ ਖੜ ਜਾ ਓਏ ਮੇਰੀ ਗੱਲ ਸਾ ਪਿਆਰ ਨਾਲ ਮੈਂ ਕੱਤਲਾ ਕੁੱਟ ਦੂੰ ਮੂੰਹ ਕੁੱਟ ਦੂੰਗਾ ਉਹਨਾਂ ਸੁਣਨਾ ਗੱਲ ਤੂੰ ਵੀ ਸੁਣਦਾ ਓਏ ਮੈਂ ਤਾਂ ਕੁਝ ਕਹੀ ਨਹੀਂ ਕਿਤੇ ਹੋਰ ਮਿੱਤੀ ਨੂੰ ਨਾ ਕੁਝ ਦੱਸਦੀ ਹਿਸਟਰੀ ਸਮਝ ਗਿਆ ਹੈਲੋ ਹਾਂਜੀ ਕੀ ਜੀ ਦੋ ਬੂੰਦ ਪੋਲੀਓ ਮੈਂ ਆਉਣਾ ਜੀ ਪੈ ਜਾ ਆ ਕੀ ਹੋ ਰਿਹਾ ਬਿਮਾਰ ਤਾਂ ਹੈਗਾ ਤੂੰ ਗਲ ਚ ਮਰੂ ਮੱਖੀ ਤੇਰੇ ਮੈਂ ਹਾਂਜੀ ਪਜਾਮਾ ਜਾਂ ਬਦਲਣਾ ਆ ਕੇ ਬਦਲ ਦੇ ਕੀ ਕਰਨਾ ਖੜਦਾ ਕੀ ਕਰ ਲੈ ਸਾਫ ਨਿਕਲ ਗਿਆ ਮਰ ਤੋਂ ਬਾਅਦ ਬੋਡੀ ਨੂੰ ਨਮੋਨੇ ਨੂੰ ਤੇਰਾ ਉਹਦੀ ਸਾਰਾ ਸਾਫ ਕਰ ਦਾਂਗੇ ਸਵਸਥ ਭਾਰਤ ਅਭਿਆਨ ਪਾਈ ਜਾ ਚੰਗਾ ਤੂੰ ਹਾਂਜੀ ਜੀ ਗੱਲ ਸੁਣ ਬੜੀ ਮਾਰੂ ਚਾਹ ਬਣਾ ਕੇ ਲਿਆਉਗੀ ਉਹ ਉਹਦੇ ਵਿੱਚ ਆਪਾਂ ਦਾਰੂ ਪਾ ਦਾਂਗੇ ਇੱਕ ਹੋਰ ਤੁਸੀਂ ਇਹਨੂੰ ਕਿਵੇਂ ਨਾ ਕਿਵੇਂ ਕਰੋ ਇਹਨੂੰ ਕਰੋ ਪੂਰਾ ਉਹ ਕਰਦੇ ਆ ਕੋਈ ਗੱਲ ਨਹੀਂ ਪਹਿਲਾਂ ਹੋਰ ਆਪਾਂ ਇਹਦੀ ਦਿਮਾਗੀ ਸੰਤੁਲਨ ਵਿਗਾੜਨਾ ਇਹਦਾ ਤੁਸੀਂ ਛੇਤੀ ਕਰੋ ਮੇਰੀ ਗੱਲ ਸੁਣੋ ਟਾਈਮ ਨਾ ਲਾਓ ਹਾਂ ਮੇਰੇ ਤੇ ਬਹੁਤ ਬਿਪਤਾ ਛੜਨ ਵਾਲੀ ਹੈ ਸਮਾਂ ਬਹੁਤ ਸਹੀ ਚੱਲ ਰਿਹਾ ਕੋਈ ਗੱਲ ਨਹੀਂ ਠੀਕ ਹੈ ਨਾ ਬਰੌਨੀ ਦੀ ਸਮਾਂ ਚੱਲ ਰਿਹਾ ਤੁਸੀਂ ਵੇਟ ਕਿਉਂ ਕਹੋ ਕਰ ਦਿਓਗੇ ਉਹ ਚੰਗਾ ਭਲਾ ਘੋੜੇ ਵਾਂਗੂ ਤਾਂ ਫਿਰਦਾ ਤੈਨੂੰ ਕਿਹਾ ਸੀ ਥੋੜਾ ਉੱਪਰ ਹੋਰ ਟਾਣੇ ਤੇ ਚਾੜ ਇਹਨੂੰ ਤਾਂ ਟੋਬੇ ਦੇ ਪਿੱਪਲਾਂ ਦੇ ਛੱਡਣ ਵਾਲਾ ਗਾ ਉੱਥੇ ਇਹਦਾ ਮਣਕਾ ਟੁੱਟੂ ਕੋਈ ਗੱਲ ਨਹੀਂ ਤੂੰ ਚੱਕਰੀ ਮਾਰ ਅਸਲ ਦੇ ਵਿੱਚ ਇਹਦੀ ਉਮਰ ਵੱਧ ਲਿਖੀ ਹੋਈ ਹੈ ਕਾਹਨੂੰ ਮਰਦਾ ਬੰਦਾ ਜਿੰਨਾ ਤੱਕ ਮਾਲਕ ਦਾ ਲਿਖਿਆ ਹੁੰਦਾ ਨਾ ਉਹਨਾਂ ਤੱਕ ਜਿਉਂਦਾ ਨਹੀਂ ਉਹੀ ਲੱਗਦਾ ਫਿਰ ਜਿੱਥੇ ਮੈਂ ਦਸਤੀ ਗੱਲ ਬਰਾਉਨੀ ਕਰਤੀ ਨਾ ਕੌਣ ਉਧਰਿਆ ਗੱਲਾਂ ਹੀ ਨੇ ਸੈਂਸਾ ਤੂੰ ਪਹਿਲਾਂ ਦੱਸ ਦਿੰਦਾ ਇਹ ਤਾਂ ਮੇਰੇ ਸਾਲ ਤੂੰ ਢੱਡ ਜੀ ਇਮਰਾਨ ਦਾ ਤੇਰੀਆਂ ਗੱਲਾਂ ਹੀ ਨੇ ਉਹੀ ਗੱਲਾਂ ਨੇ ਕਿਉਂ ਸਰ ਆਪਦੇ ਵੱਧ ਲੈ ਲੈ 4 ਰੁਪਏ ਤੂੰ ਛੇਤੀ ਉਹ ਕਰ ਯਾਰ ਗੱਲਾਂ ਕੋਈ ਯਾਰ ਇਹ ਕੰਮ ਅਸੀਂ ਇੱਕ ਨੰਬਰ ਕਰਦੇ ਹੁਣ ਸਾਨੂੰ ਪੈਸਿਆਂ ਦਾ ਲਾਲਚ ਨਹੀਂ ਹੈਗਾ ਅਸੀਂ ਵੀ ਮਾਰਕੀਟ ਬਣਾਉਣੀ ਆਪਦੀ ਇੰਡਸਟਰੀ ਦੇ ਵਿੱਚ ਤੂੰ ਕਹੀਆਂ ਗੱਲਾਂ ਕਰਦਾ ਪਰਾਉਣੇ ਆ ਜਿਹੀ ਜਿਹੀ ਕੋਈ ਗੱਲ ਹੁੰਦੀ ਆਪਾਂ ਇੰਨਾ ਲਾ ਖੜ ਜਾਂਦਾ ਤੇਰਾ ਗੱਤੜਾ ਨਾ ਕੁੱਟਣ ਦਾ ਕੰਮ ਆਇਆ ਅਸੀਂ ਕੰਮ ਨੂੰ ਅਸੀਂ ਆਪਦਾ ਰੂਪ ਮੰਨ ਕੇ ਕਰ ਦਾਂਗੇ ਠੀਕ ਹੈ ਨਾ ਕੰਮ ਦੇ ਨਾਲ ਅਸੀਂ ਕੋਈ ਸੈਟੀਸਫਾਈਸ ਨਹੀਂ ਕਰਦੇ ਕਿ ਮਰੀ ਜਾਣਾ ਇਹ ਤਾਂ ਹੁਣ ਮਾਰ ਦੇਣਾ ਜੇ ਕਹੇ ਗੱਲ ਕੀ ਆ ਤੂੰ ਫਸੇਗਾ ਜੇ ਇਹਨਾਂ ਦੇ ਵਿੱਚ ਚੱਕੀ ਤੂੰ ਪੀਸੇਗਾ ਮੇਰਾ ਕੀ ਮਤਲਬ ਫਰਾਰ ਹੋ ਜਾਊਂ ਆਪਦਾ ਯੂਪੀ ਵਗ ਜਾਂਗੇ ਉੱਤਰਾਖੰਡ ਝਾਰਖੰਡ
रात का मर्डर दोपहर को किया कांड सारिया पुस्तक पढ़िया हुई ने इहदा थोड़ा कोर्स ही हो गया ये सारिया लिखिया हुई ने अपनी सारिया नाइस वधिया बंदियां दी लिखिया हुई ने सारे गौंडरां बंदियां दी लिखिया हुई ने तू की गैंगस्टरां ने लिखिया हुई ने आ हुणी नवी गैंगस्टर ने कढ़ी ती केड्डी वड्डी कातल का कांड कैसे करे 500 साढ़े जिहड़े बैली ने गे छोटे बस्तियां तो लैके वड्डे जिन्हां दा लिंक बणिया होया सारा जैमर बण रहा रख्या उहनां दा सारिया दा सम्मेलन उहदे विच चलो जी कोई गल नहीं देखदे छुट्टियां मेरी भी है फोटो एक विच छुट्टियां देखदे पुस्तकां फिर तुसीं देखो हुण करो कोई मैं वाशरूम च आया ਗੁੱਗੀ ਨੇ ਕਿਹਾ ਸੀ ਜ਼ਿਆਦੇ ਪੱਤੀ ਪਾ ਦੀ ਮਾਮਾ ਛੇਤੀ ਠੀਕ ਹੋ ਜੂਗਾ ਦੇਖੀ ਦਲਵੀਰ ਜੀ ਨੂੰ ਜਮੀ ਅਕਲ ਨਹੀਂ ਹੈਗੀ ਪੂੰਜੇ ਪਾ ਰੱਖਿਆ ਸੀ ਵੀ ਦੱਸ ਬੇਚਾਰੇ ਨੂੰ ਠੰਡ ਨਹੀਂ ਲੱਗਦੀ ਹੋਊਗੀ ਇੰਨਾ ਨਰਦਈ ਹੋ ਗਿਆ ਇੰਨਾ ਨਰਦਈ ਹੋ ਗਿਆ ਨਰਤਾਪ ਦੀ ਇੰਨੀ ਤਨਖਾਹ ਆਉਂਦੀ ਹੈਗੀ ਇੰਨੀ ਇੰਨੀ ਤਨਖਾਹ ਲੈਂਦਾ ਤਾਂ ਵੀ ਢਿੱਡ ਭਰਦਾ ਐਵੇਂ ਹੈਗਾ ਵੀ ਹਾਂ ਜਿਹੜੀ ਮਾਮੇ ਕੋਲ ਜ਼ਮੀਨ ਆ ਉਹ ਵੀ ਮੇਰੀ ਹੋ ਜੇ ਇੱਕੋ ਬੋਲਾ ਜਿਹਾ ਬਠਿਆ ਰੱਖਿਆ ਹੈਗਾ ਜਿਹਨੂੰ ਨਾ ਡੱਕਰਿਆ ਨਾ ਮੇਰੀ ਮਾਂ ਨੂੰ ਮੈਂ ਅੱਜ ਹੀ ਫੋਨ ਕਰ ਦਿਆਂਗੀ ਇੰਨੇ ਦੋਨਾਂ ਦੀ ਹੈਗੀ ਤਾਂ ਕੋਈ ਚਾਲ ਹੈਗੀ ਤਾਂ ਹੀ ਨਹੀਂ ਉਹਨੂੰ ਉਹ ਕਰਦਾ ਹੈਗਾ ਇਹ ਭੇਜ ਦਾ ਉਰੋ ਇੱਕ ਆਪਦੀ ਬਹੂ ਡੱਕਰਤੀ ਵੀ ਕੰਮ ਨਾ ਕਰਾਉਣਾ ਪੈ ਜੇ ਕੋਈ ਕਿ ਜਲੂਸ ਕੱਢਿਆ ਰਸੋਈ 'ਚ ਸਾਰੀ ਰਸੋਈ ਦਾ ਗਾਹ ਪਾ ਰੱਖਿਆ ਹੈਗਾ ਐਨੀ ਵੀ ਮਾੜਾ ਹੱਥ ਪੱਲਾ ਮਾਰ ਲਈਏ ਪ੍ਰਾਹੁਣੇ ਸਵੀਟ ਡਿਸ਼ ਕੀ ਰੱਖੀ ਫਿਰ ਆਪਾਂ ਸਵੀਟ ਡਿਸ਼ ਆਪਾਂ ਜੀ ਜਲੇਬੀ ਰੱਖ ਲੈਂਦੇ ਹਾਂ ਬੂੰਦੀ ਰੱਖ ਲੈਂਦੇ ਹਾਂ ਪਾਪੜੀ ਕੀ ਮੈਰੂ ਜਲੇਬੀ ਪਾਪੜੀ ਹਾਂ ਜੀ ਹਾਂ ਵਧੀਆ ਰਹੂਗੀ ਹਾਂ ਜੀ ਜਲੇਬੀ ਰੱਖ ਲਓ ਤੇ ਇੱਕ ਆਪਾਂ ਮਟਰ ਪਨੀਰ ਰੱਖ ਲਾਂਗੇ ਕਿਉਂਕਿ ਆਈਸਕ੍ਰੀਮ ਬਾਅਦ 'ਚ ਚਲਾਉਣੀ ਹੈ ਚਾਹ ਨਾਲ ਹਾਂਜੀ ਚਾਹ ਨਾਲ ਆਈਸਕ੍ਰੀਮ ਚਲਾ ਦੀ ਆਪਾਂ ਹੈ ਸਾਰਾ ਕੁਝ ਚੱਲੂਗਾ ਜੀ ਮੈਂ ਹੋਊਗੀ ਰਾਗੀ ਕਿਹੜਾ ਰੱਖੀ ਰਾਗੀ ਰਾਗੀ ਤੁਸੀਂ ਰਾਗੀ ਰਾਗੀ ਕਿਹੜਾ ਰੱਖੀ ਤਾਇਆ ਜੀ ਹੱਸ ਕਿਹੜਾ ਕੋਈ ਹਾਂ ਹਾਂਜੀ ਹਾਂਜੀ ਜਨਮ ਦਿਨ ਆ ਰਿਹਾ ਤੁਹਾਡਾ ਜਸਪਾਲ ਬਲਾਲੋ ਘਰਾਟ ਵਾਲਾ ਵਧੀਆ ਰਾਗੀ ਆ ਉਹ ਕਾਲਾ ਵਧੀਆ ਨਾ ਉਹ ਜਾਣਦਾ ਤੇਰਾ ਉਹ ਹਾਂ ਬਸ ਠੀਕ ਆ ਪਰਚੀ ਤੇ ਲਿਖੀ ਨਹੀਂ ਦੇਣਾ ਪਤਾ ਆਪੀ ਨਾ ਬੋਲ ਦੂਗਾ ਉਹ ਬਸ ਠੀਕ ਆ ਜੀ ਜਾਣਦਾ ਤੂੰ ਮਰਗਦਾਂ ਦੇ ਜਾਦੇ ਕਹ ਕਰਦਾ ਕੰਮ ਫਿਰ ਤੂੰ ਕਹੀ ਨਹੀਂ ਪਹਿਲੀ ਸਾਈ ਦੇ ਦੇ ਤੂੰ ਜਨਮ ਦਿਨ ਆ ਜੀ ਜਨਮ ਦਿਨ ਆ ਤੁਹਾਡਾ ਹਾਂ ਜਨਮ ਦਿਨ ਹਾਂ ਬਸ ਠੀਕ ਆ ਓਕੇ ਆਪਾਂ ਬਸ ਸਾਰਾ ਕਰ ਲਾਂਗੇ ਆਪਾਂ ਹੈ ਨਾ ਜਲੇਬੀ ਸੱਤੀ ਲਿਆਉਣੇ ਆਪਾਂ ਇਹਨਾਂ ਚੱਠੇ ਵਾਲਾ ਸੱਤੀ ਬਹੁਤ ਵਧੀਆ ਸਿੱਧਾ ਸੁੱਧਾ ਲਿਖਿਆ ਲੈਣਾ ਬਸ ਠੀਕ ਹੈ ਤੁਸੀਂ ਤਰੀਕ ਬੰਨੋ ਜੀ ਕਰੋ ਹਾਂ ਮੰਮੀ ਚਾਹ ਲੈ ਜਾ ਬਸ ਠੀਕ ਆ ਓਕੇ ਠੀਕ ਆ ਪਿਆ ਦੇ ਠੰਡੀ ਕਰ ਕੀ ਲਈ ਹਾਂ ਮੈਂ ਪਿਉ ਨੂੰ ਕੋਈ ਚੱਕਰ ਨਹੀਂ ਮੈਂ ਪਿਆਉਂਗਾ ਉਹਨੂੰ ਮੈਂ ਪਿਆ ਦਿੰਨੀ ਨਹੀਂ 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 ਮੈਂ ਪਿਉ ਮੇਰੀ ਗੱਲ ਸੁਣ ਆਪਣੇ ਘਰੇ ਮੱਕੀ ਦਾ ਆਟਾ ਪਿਆਗਾ ਹਾਂ ਹੈਗਾਗਾ ਹੈ ਪਿਆ ਹੋਊਗਾ ਪਿਆ ਹੋਊਗਾ ਜੀ ਮਾਮਾ ਸਤਿ ਸ੍ਰੀ ਅਕਾਲ ਹੁਣ ਭਾਂ ਦੁਪਹਿਰੇ ਭਾਂ ਦਾ ਸਿਲ ਪਰੋਸਣ ਲੈ ਰਿਹਾ ਚੱਲ ਕੋਈ ਨਾ ਮੇਰੀ ਗੱਲ ਸੁਣ ਮੱਕੀ ਦਾ ਆਟਾ ਕੱਟ ਕੇ ਰੱਖ ਉਹਨੂੰ ਗੁੰਨੀ ਨਾ ਲਿਆ ਮੈਂ ਆ ਕੇ ਗੁੰਨੂਗਾ ਉਹਦੇ ਵਿੱਚ ਸਮਾਲੂਰ ਲਾ ਕੇ ਇਹ 'ਚ ਆਮਰਵੇਲ ਪਾਉਣੀ ਪੂ ਥੋੜੀ ਜੀ ਫੇਰ ਹਾਂ ਫੇਰ ਇਹਦਾ ਰੰਗ ਨਿਕਲ ਕੇ ਆਊਗਾ ਫਿਰ ਇਹਦਾ ਐ ਸੜ ਜਾਣਗੇ ਹੰਡ ਮੈਂ ਕਹਿੰਦੀ ਸੀ ਨਾ ਪਰ ਪੋਟਾਂ ਜਾਂ ਕਰਾ ਲਿਆਉਣਗੇ ਸੈੱਲ ਸੁੱਲ ਨਾ ਘਟੇ ਹੋਣਾ ਆ ਕੁਛ ਹੋਇਆ ਮੈਨੂੰ ਆ ਦਿਖਾਇ ਬਰੀੜੇ ਦਾ ਪਾਰੇ ਚ ਸੈੱਲ ਤੁਸੀਂ ਆਏ ਕਰੋ ਸਿਸਟਰ ਤੁਸੀਂ ਜਾ ਕੇ ਜਿਹੜਾ ਹੁਣ ਗੱਗੀ ਸੈਂਸਾਂ ਨੇ ਕਿਹਾ ਉਹ ਕਰ ਦੋ ਹਾਂ ਛਾਨਣਾ ਵੀ ਹੈ ਕਈ ਆਪੇ ਛਾਣ ਦੇਣਗੇ ਛਾਨਣੋ ਕੋਈ ਚੱਕਰ ਨਹੀਂ ਛਾਣਦੀ ਪਰ ਗੁੰਨਣਾ ਮੈਂ ਆ ਉਹ ਠੀਕ ਹੈ ਹਾਂ ਜਾਓ ਇੰਨਾ ਕੌਲੀ ਕੀ ਹੋਵੇ ਚਾਹੇ ਬਸ ਕੌਲੀ ਇੱਧਰ ਨਾ ਇਹੋ ਜੇ ਤੁਸੀਂ ਸਿੱਖ ਭਾਗ ਜਾ ਭਾਗ ਜਾ ਭਾਗ ਜਾ ਭਾਗ ਜਾ ਭਾਗ ਜਾ ਬਣਾ ਲਈ ਨਾਲ ਕੋਈ ਚਾਹ ਲੈ ਆ ਚਾਹ ਪੀ ਲਈ ਚੰਗਾ ਲੱਗੇ ਤਾਂ ਚਵੀ ਬੋਲਣ ਲੱਗ ਠੀਕ ਹੈ ਮੈਂ ਲੱਗਦਾ ਜਿਵੇਂ ਮਾਸ ਪਾੜ ਗਿਆ ਮੋਢੇ ਦਾ ਮਾਸ ਨੂੰ ਕੀ ਹੋਇਆ ਮਾਸ ਨੂੰ ਕੀ ਨਾ ਮਾਰਨਾ ਚਮਰਾਟ ਜੀ ਉੱਠੀ ਜਾਂਦੀ ਆ ਮਾਸ ਨੂੰ ਕੀ ਹੋਇਆ ਕੱਲਾ ਚਲਾ ਕੇ ਰੱਖ ਮੜਾ ਜਾ ਮਾਸ ਨੂੰ ਕਾਹਨੂੰ ਕੁਛ ਹੋਇਆ ਮਾਸ ਨੂੰ ਕੱਲਾ ਚਲਾ ਕੇ ਰੱਖ ਮਾਸ ਨੂੰ ਉਰੇ ਬੈਠ ਤੂੰ ਮੜਾ ਜਾ ਬੰਦਾ ਹਾਂ ਕਿਉਂ ਕਿਉਂ ਖਰਚਾ ਕਰਦਾ ਦੱਸ ਤੂੰ ਹੈ ਨਹੀਂ ਮੈਨੂੰ ਵਾਸਤੇ ਜਨਮ ਦਿਨ ਮਨਾਉਣ ਨੂੰ ਮੈਂ ਸਾਡਾ ਹੈਪੀ ਬਰਥਡੇ ਕੋਈ ਨਾ ਪੁੱਤ ਉਹ ਮੇਰਾ ਪੁੱਤ ਲੈ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਹੈਗਾ ਛੋਟੇ ਤੋਂ ਬਿਨਾ ਉਹ ਦੱਸ ਤੂੰ ਕਮਲਾ ਬਣਦਾ ਖਰਚਾ ਕਰਦਾ ਮੇਰਾ ਪੁੱਤ ਨਾ ਕੋਈ ਨਾ ਕੋਈ ਨਾ ਕਾਹਦੇ ਵਾਸਤੇ ਕਾਹਦੇ ਵਾਸਤੇ ਹੈ ਜਦੋਂ ਤੁਰ ਗਏ ਤੁਸੀਂ ਉਦੋਂ ਕੀ ਬਣੂਗਾ ਮੈਂ ਕੱਲਾ ਲੱਗ ਜੂ ਤੁਰਨ ਨੂੰ ਕੀ ਆ ਹੁਣ ਲੱਗ ਜੂ ਐਵੇਂ ਨਹੀਂ ਵੀ ਤੁਸੀਂ ਉਹ ਤੁਰ ਗਏ ਮੈਂ ਕਿੱਥੇ ਤੁਰਨਾ ਠੀਕ ਹੋ ਜਾ ਸਿਰਾਂ ਦੇ ਸਾਈਆਂ ਵੇ ਇੱਕੋ 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 ਚਾਗੀ ਲਾ ਕੇ ਹੌਲੀ ਹੌਲੀ ਚਾਗੀ ਲਾ ਠੰਡੀਏ ਪਲਿਆਤੀ ਚਾਗੀ ਮਾਰੂਆ ਜੀ ਮਾਰੂਆ ਨਹੀਂ ਮਾਰੂਆ ਆਪ ਪੀ ਲਓ ਜੀ ਪੀ ਲਓ ਮਾਰੂਆ ਇਹੀ ਮਾਰੂ दारू पी रहा हूं चाह की घुट भरी ए लगे जिम्मे दारू की घुट भर ली
ਇੱਥੋਂ ਦਾ ਪਤਾ ਲੱਗਦਾ ਵੀ ਦਾਰੂ ਛੱਡਤੀ ਹਾਂ ਇਹ ਪਤਾ ਮੈਂ ਦੱਸਦਾ ਸੁਣ ਆਉਣ ਕੇ ਆਉਂਦੇ ਨੇ ਜਿਹੜੀ ਚੀਜ਼ ਛੱਡੀ ਹੋਵੇ ਆਉਣ ਕੇ ਨਹੀਂ ਜੀ ਆਉਣ ਕੇ ਇਹ ਮੈਨੂੰ ਪਤਾ ਸੈਂਸ ਇਹ ਗੱਲ ਕਹਿੰਦੀ ਅਸੀਂ ਪਹਿਲਾਂ ਵੀ ਫਿਜ਼ੀਕਲ ਚੈੱਕ ਕਰਵਾਉਣਾ ਨੀਵਾ ਹੋ ਕੇ ਦੱਸ ਮੜਾ ਹੌਲੀ ਬੋਲ ਕਰਨ ਚ ਬਾਦਾ ਇਹ ਜਦੋਂ ਤੁਸੀਂ ਦਾਰੂ ਛੱਡਤੀ ਜਿਹੜੀ ਪੁਰਾਣੀ ਦਾਰੂ ਪੀਤੀ ਹੋਇਆ ਤੁਹਾਡੀ ਡੇਟ ਲੰਘੀ ਵਾਲੀ ਹਨਾ ਉਰੇ ਆ ਜਾਂਦੀ ਉਹ ਪੁਰਾਣੀ ਦਾਰੂ ਹੁਣ ਜਦੋਂ ਤੁਸੀਂ ਛੱਡਤੀ ਜਿਵੇਂ ਆਪਾਂ ਲੇਬਲ ਵਾਲਾ ਪੇਪਣੀ ਹੁੰਦਾ ਫੂਕ ਮਾਰਦਾ ਪਾਣੀ ਖਿੱਚ ਲੈਂਦਾ ਉਹ ਐਵੇਂ ਖਿੱਚ ਪ੍ਰਾਪਤ ਕਰੇ ਚੁੰਬਕ ਵਾਲ ਹੋ ਗਿਆ ਮਤਲਬ ਜਿਹੜੇ ਖਲੇਪੜ ਜਮੇ ਹੋਏ ਨੇ ਉਹ ਪੱਟੇ ਜਾ ਰਹੇ ਨੇ ਖਲੇਪੜ ਉਹ ਮੁਸਕ ਚੜਦਾ ਉਹਦਾ ਉਹ ਕੋਈ ਚੱਕਰ ਨਹੀਂ ਵਧੀਆ ਛੱਡਤੀ ਵਧੀਆ ਛੱਡਤੀ ਕੰਜਰ ਦੀ ਅੰਦਰ ਵੀ ਸਟੋਰ ਹੋ ਜਾਂਦੀ ਹੈ ਹਾਂ ਹੁੰਦੀ ਹੈ ਜਿਹੜੀ ਡੇਟ ਲੰਘੀ ਖਰਾਬ ਉੱਠਾ ਕਹਿੰਦੇ ਉੱਠ 2 ਮਹੀਨੇ ਪਾਣੀ ਤੋਂ ਬਿਨਾਂ ਸਾਰ ਲੈਂਦਾ ਹਾਂ ਉਹ ਅੰਦਰ ਸਟੋਰ ਕਰੇ ਤੁਸੀਂ ਦਾਰੂ ਪਹਿਲਾਂ ਅੰਦਰ ਸਟੋਰ ਕਰ ਲਈ ਟੈਂਕੀ ਲੱਗੀ ਹੁੰਦੀ ਆ ਉੱਠ ਦੇ ਇੰਟੈਕਸ ਦੀ ਤੁਸੀਂ ਦਾਰੂ ਦੀ ਉੱਠੋ ਹਾਂ ਦਾਰੂ ਦੇ ਕੈਬਲ ਹੋ ਤੁਸੀਂ ਹਨਾ ਸਹੀ ਗੱਲ ਹੈ ਖੇੜੋ ਖੇੜੋ ਅੰਦਰ ਹੋਰ ਪ੍ਰੈਸ਼ਰ ਬਣਾਓ ਹਾਂ ਤੁਸੀਂ ਪੈ ਜਿਓ ਇਹ ਕਰਕੇ ਤੇ ਆਪਾਂ ਆਟਾ ਗੁੰਨ ਲੈਂਦੇ ਹਾਂ ਆਇਆ ਹਾਂ ਹਾਂ ਚਪਾਤੀ ਲਾਉਣੀ ਹੈ ਅੱਜ ਮਰਨਾ ਚਾਹੀਦਾ ਕਿਉਂ ਟੈਂਸ਼ਨ ਲੈ ਰਹੇ ਹੋ ਸਮਾਂ ਜਿਹੜਾ ਸਮਾਂ ਬਣ ਰਿਹਾ ਹੈ ਸਮਾਂ ਬੁਲਵਾ ਹਾਂਜੀ ਹਾਂਜੀ ਦਾਲ ਚ ਮੜੀ ਜੀ ਮਿਰਚ ਪਾਇਓ ਘੱਟ ਦਾਲ ਚ ਮਿਰਚ ਘੱਟ ਪਾ ਲਾਂਗੇ ਕੋਈ ਰੋਟੀ ਰੋਟੀ ਪਕਾਇਓ ਥੋੜੀ ਜੀ ਪੋਲੀ ਅੱਛਾ ਜੀ ਮੁੰਡਾ ਖਾਂਦਾ ਹੈ ਬਰੂ ਦੀਆਂ ਰੋਟੀਆਂ ਨਹੀਂ ਬੰਬਾਂ ਲਾ ਯਾਰ ਧਰ ਕੇ ਕੋਈ ਨਾ ਤੁਸੀਂ ਪੈ ਜਾਓ ਪੈ ਜਾਓ ਪੈ ਜਾਓ ਤੁਸੀਂ ਨਿਸਾਲ ਜੋ ਆ ਜਾਓ ਪਾਟਾ ਗੁੰਦੇ ਆ ਅੱਜ ਹੋਣਾ ਚਾਹੀਦਾ ਕੰਮ ਟੈਕਟਰ ਹੈਗਾ ਸੀ ਮੇਰਾ ਬਈ ਘਰਾੜ ਤੱਕ ਲਾ ਦੇ ਪਤਾ ਬਿਜਲੀ ਬਰੀ ਲੈ ਗਏ ਦੋ ਦਿਨ ਪਹਿਲੇ ਮੁੜ ਕੇ ਦੇ ਕੇ ਨੀ ਗਏ ਹੁਣ ਲੋੜ ਆਪਾਂ ਨੂੰ ਮੂਹਰੇ ਘਰਾੜ ਤੇ ਲਾ ਦੀ ਮੈਂ ਇੱਥੇ ਮੋਟਰਸਾਈਕਲ ਚੱਕ ਲਾ ਚੱਲ ਹੈਲੋ ਨਹੀਂ ਨਹੀਂ ਤੂੰ ਨੀ ਗੁੰਨਣਾ ਅਸੀਂ ਆਪੇ ਗੁੰਨਦਾਂਗੇ ਮਾਲੂ ਪਾਉਣਾਗਾ ਇਹ ਤੈਨੂੰ ਦੱਸਿਆ ਤਾਂ ਹੈਗਾ ਗਾਏ ਥੋੜੂ ਪਊਗਾ ਤੁਸੀਂ ਐ ਕਰੋ ਅੰਦਰ ਨਾ ਜਾ ਕੇ ਦਾਲ ਧਰ ਲੋ ਹਾਂ ਹਾਂ ਵਧੀਆ ਦਾਲ ਧਰ ਕੇ ਸੰਭਾਲੂ ਪਾਉਣਾ ਦਾ ਕੋਈ ਫੀਮੇਲ ਨਹੀਂ ਲਵੇ ਚਾਹੀਦੀ ਉਹਦੇ ਵਿੱਚ ਉਹਦੇ ਰਿਐਕਸ਼ਨ ਕਰ ਜਾਂਦਾ ਉਹ ਤੇਰੇ ਕੰਨ ਪੱਕ ਜਾਣਗੇ ਉਹਦੇ ਤੇਰਾ ਵਿਆਹ ਨਹੀਂ ਹੋਣਾ ਨਾਲੇ ਚੰਗਾ ਗੱਲ ਵੀ ਕਰ ਲੈਣ ਦੇ ਮੈਂ ਤੈਨੂੰ ਐ ਕਹਿੰਦੀ ਸੀ ਜਿਆਦਾ ਪਤਲਾ ਨਾ ਕਰਦੀ ਹੈ ਆਟਾ ਕੋਈ ਨਾ ਅਸੀਂ ਆਪੀ ਤੇ ਰੋਟੀ ਲਾਣੀ ਓ ਯਾਰ ਪਤਲੇ ਨੂੰ ਕੀ ਆ ਯਾਰ ਚਾਹੇ ਮੋਕ ਬਣਾ ਦੀ ਐਡੀ ਕੀ ਗੱਲ ਆ ਉਹਦਾ ਖਵਾਉਣੀ ਅੰਦਰ ਜਾਣਾ ਚਾਹੀਦਾ ਸੰਭਾਲੂ ਖੜ ਜਾਹਾਂ ਦਾਲ ਦੱਸ ਤੂੰ ਦਾਲ ਉੱਥੇ ਕੜਸੀ ਮਰੀ ਜਾਈ ਉੱਥੇ ਉੱਥੇ ਥੱਲੇ ਨਾ ਲੱਗ ਜੇ ਦਾਲ ਜਿਹੜੀ ਦਾਲ ਆ ਨਾ ਪਰ ਬਲੈਕ ਹੋਵੇ ਬਲੈਕ ਵੀ ਕੋਕਾ ਕੋਲੀ ਹੋ ਵੀ ਓ ਜਾਨ ਕੋਕਾ ਕੋਲੀ ਨਹੀਂ ਬਲੈਕ ਠੀਕ ਆ ਜੈਟ ਬਲੈਕ ਦਾਲ ਹੋਵੇ ਆ ਹਾਂ ਸੰਭਾਲੂ ਪਾਉਣਾ ਪਾਵਾਂਗੇ ਜੀ ਪਾਵਾਂ ਪੰਚ ਮੁਰੂ ਮੁਕੀ ਖਰਾਬ ਕਰੇਗਾ ਤੂੰ ਪਊਗਾ ਪਾਗਾ ਜਾ ਪਾਉਂਗਾ ਜੀ ਸਾਰੇ ਹੀ ਨਹੀਂ ਪਾਉਣਾ ਮੈਂ ਗੁੰਨਾ ਨਾ ਨਾ ਜੀ ਮੈਂ ਗੁੰਨੂੰਗਾ ਬਥੇਰਾ ਮੈਂ ਮਿੱਡੇ ਮਿਲ ਚਾਟਾ ਗੁੰਨਿਆ ਜੀ ਸਾਰੀ ਪਾਤੀ ਸਾਰੀ ਪਾਤੀ ਇਹਨੂੰ ਦਾਰੂ ਨਾਲ ਮਰ ਜੂ ਜੀ ਇਹ ਪਤਾ ਕਿ ਨਾ ਸਪਰੇਅ ਪਾਓ ਜੀ ਨਹੀਂ 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 ਪਤਾ ਕੀ ਹੈ ਦਾਰੂ ਨਾਲ ਜਿਹੜਾ ਇਹ ਆਟਾ ਹੁੰਦਾ ਰੋਟੀ ਹੁੰਦੀ ਆ ਇਹ ਮੈਦੇ ਤੇ ਜਾ ਕੇ ਚਿਪਕਦੀ ਹੈ ਅੱਛਾ ਜੀ ਹਾਂ ਤੇ ਉਹ ਮੈਦੇ ਦੇ ਵਿੱਚ ਅਸਰ ਛੇਤੀ ਕਰੂਗਾ ਇਹਦੇ ਵਿੱਚ ਪਤਾ ਕੀ ਹੈ ਜਾਕੜ ਨੂੰ ਮੈਦੇ ਨੂੰ ਪਤਾ ਕਿ ਜ਼ਿਆਦਾ ਚ ਸਪਰੇਅ ਪਾ ਦੋ ਥੋੜੀ ਜੀ ਫਿਰ ਜ਼ਹਿਰ ਪਤਾ ਲੱਗ ਜੂ ਨਾ ਜਾਣਾ ਆਪਣਾ ਕੱਲ ਨੂੰ ਪੋਸਟਮਾਰਟਮ ਹੋ ਗਿਆ ਕੀ ਹੋਇਆ ਤਾਂ ਪਾਣੀ ਵੀ ਪਾਉ ਵਿੱਚ ਬੜਾ ਪਾਣੀ ਹਾਂ ਥੋੜਾ ਥੋੜਾ ਜਿਹਾ ਪਾਈ ਪਾਣੀ ਮੈਂ ਬਥੇਰਾ ਬਥੇਰਾ ਨੀਟ ਹੀ ਰੱਖੀ ਰੋਟੀਆਂ ਤੂੰ ਬਥੇਰਾ ਆਟਾ ਗੁੰਨਿਆ ਜੀ ਮਿੱਡੇ ਮੀਲ ਚ 300 ਬੱਚੇ ਦਾ ਆਟਾ ਗੁੰਨਦਾ ਦਾਤੀ ਮੈਂ 11 ਵਜੇ ਮਾਸਟਰ ਨਹੀਂ ਸੀਗੇ ਮਾਸਟਰ ਵੀ ਹੈਗਾ ਫੇਰ ਆਟਾ ਹੀ ਬਹੁਤ ਸੁਣਖਾ ਗੁੰਨ ਰਹੇ ਹੋ ਜੀ ਹੋਰ ਜੀ ਮੈਂ ਉੱਥੇ ਆਪਣਾ ਬਿਸਕੁਟ ਬਣਾਉਂਦਾ ਹੁੰਦਾ ਤੇ ਛੋਟਾ ਹੁੰਦਾ ਘਰਾੜ ਤੇ ਕਿੱਥੇ ਲੌਂਗੋਵਾਲ ਲਾਈ ਨੇ 3 ਸਾਲ ਮੈਂ ਬਿਸਕੁਟ ਵਾਲੀ ਦੁਕਾਨ ਤੇ ਸੌਂ ਖਾ ਕੇ ਦੱਸ ਪੱਕਾ ਮਾਸਟਰ ਹੀ ਆ ਤੂੰ ਮਾਸਟਰ ਵੀ ਹੈ ਜੀ ਹੁਣ ਮਿੱਡੇ ਮਿਲ ਚ ਵੀ ਆਟਾ ਮੈਂ ਹੀ ਗੁੰਨਦਾ ਆਂਟੀ ਦਾ ਗੂਠਾ ਦੁਖਦਾ ਹੁੰਦਾ ਜੀ ਇਸ ਹਿਸਾਬ ਨਾਲ ਤੁਸੀਂ ਆਟਾ ਗੁੰਨ ਰਹੇ ਹੋ ਹਾਂਜੀ ਮੈਨੂੰ ਐ ਲਾ ਤੁਸੀਂ ਵਿਆਹਾਂ ਦੀਆਂ ਸਾਈਆਂ ਲਾਉਣੇ ਹੋ ਨਾ ਜੀ ਨਾ ਦੱਸ ਵੀ ਤੇਰੀ ਪਤਲੀ ਰੱਖਣੇ ਕਿ ਕੋਈ ਗਦਾਲ ਦੀ ਗਾੜੀ ਕਰਦਾ ਅੱਧ ਬਚਾਣਾ ਜਾਂ ਕਰ ਦੂੰ ਹਾਂ ਠੀਕ ਆਹਾ ਹੈ ਇਹ ਦਾਰੂ ਦਾਰੂ ਥੋੜੂ ਆਏ ਰੋਟੀ ਪਿੰਨੇ ਕਰ ਦੇਵਾਂਗੇ ਤਾਏ ਨੂੰ ਆਪਾਂ ਪਿੰਨੇ
ਪੇੜਾ ਕਰਕੇ ਦੇ ਦਿਆ ਕਰਾਂਗੇ ਜੀ ਭਾਈ ਦੀ ਜਬਰਾ ਝੋਟਾ ਪੇੜੇ ਕਰਨ ਨੂੰ ਉਹ ਫਿਰ ਹੋਰ ਕਿਵੇਂ ਖਵਾਵਾਂਗੇ ਜੀ ਓਏ ਯਾਰ ਇਹਦੀਆਂ ਰੋਟੀਆਂ ਚਪਾਤੀ ਬਣਾਵਾਂਗੇ ਮੇਦੇ ਨਾਲ ਚਪਕਾ ਦਾਂਗੇ ਇਹਨੂੰ ਕਹੀ ਤਾਂ ਜਾਨਾਗਾ ਤੂੰ ਫੰਡਾ ਨਹੀਂ ਸਮਝ ਰਿਹਾ ਇੱਕ ਹੋਰ ਪਾਣੀਆਂ ਦਾਰੂ ਹੋਰ ਪਦੋ ਅੱਜ ਹੋਣਾ ਚਾਹੀਦਾ ਕਿ ਮਮਾ ਬਾਰ ਬਾਰ ਕਹਿਣਾ ਸੋ ਦੋ ਹੋ ਗਏ ਦੋ ਹੋ ਗਏ ਦੋਨਾਂ ਦਾ ਬਹੁਤ ਆਇਆ ਲੀਵਰ ਦਾ ਡੈਮੇਜ ਹੋ ਰਿਹਾ ਕਿਹੜਾ ਹੋ ਰਿਹਾ ਜੀ ਦਾ ਲੀਵਰ ਡੈਮੇਜ ਇਹ ਤਾਂ ਊ ਮਾਰਨਾ ਪਊ ਗੋਲੀ ਨਾਲ ਆਟਾ ਲੇਟ ਗੁੰਦਾ ਯਾਰ ਤੁਹਾਨੂੰ ਤਾਂ ਬੈਰੀ ਗੁੰਦੀ ਅਸੀਂ ਮੱਕੀ ਦਾ ਆਟਾ ਜੀ ਮਸਾ ਚੱਕਣਾ ਸਾਈਡਾਂ ਤੋਂ ਲਾ ਨਾ ਖਲੇਪੜਾ ਉਹ ਜੂਮਾ ਜਮਾਦਾਰ ਨਾ ਬਣੋ ਜੀ ਤੁਸੀਂ ਆਪਾਂ ਇੱਟਾਂ ਨਹੀਂ ਕੱਢਣੀਆਂ ਬਰੀ ਦਾ ਕੰਡਾ ਕੱਢਣਾ ਐ ਮੱਕੀ ਦਾ ਆਟਾ ਹੀ ਗੁੰਨਿਆ ਜਾਂਦਾ ਐ ਤੁਹਾਨੂੰ ਗੁੰਨਾ ਜਾਂਦਾ ਭਾਵੇਂ ਦਾ ਸੰਘੂ ਬਾਰਡਰ ਤੱਕ ਤਾਂ ਤੁਸੀਂ ਆ ਮੱਕੀ ਦਾ ਆਟਾ ਖੰਡਿਆ ਤਾਂ ਹੌਲੀ ਗੁੰਨੋ ਮਾੜਾ ਮੋਟਾ ਹੌਲੀ ਹੌਲੀ ਟਿਕਾਈ ਨਾਲ ਸਲੋ ਸਲੋ हेलो हाँ हाँ वो तेरी कम आया है यार करूँ तो मैं कदों तक गया हेलो वो नहीं तो ट्रेन की आवाज आँदी आ वो तेरी कम आया है मैं तेरी मैं आ गया संगरूर आ गया मुंडे नूं फोन करिया सी वो बस मूहरे आउंदा ही आ पंज मिंट च हाँ किवें 2 लाख का यार कहे जी गल कर दें तू एट ए टाइम हम 2 लाख का हल कितों होजूगा वो नहीं मैनू पता तेन लौड़ है फिर हूँ 2 लाख का हल किमें होजूगा यह सारा केड़ा दरख्त लगे भी हिला के तेन दे दूंगा फिर ऐ थोड़ी डिगे होता 2 लाख फिर ऐ नाले तू रोन बह जानी फिर गल् थोड़ी ने कोई जवाक वाली गल् कर दी तू जमा या तो फिर तू मैं पहला दस दी 5-10 दिन तू तो तड़की फोन मारता 5 बजे फिर ऐ थोड़ी हों गा उ जवाक वाली गलों ने तेरिया 2 लाख के तू धरी पै हों बंदे लवे तू मेरी गल सुन पहला चुप कर फिर मैं थप्पड़ लाऊंगा उही गल् करी जानी हूं मैनू पता ना तेन लौड़ है मैं दे दूंगा तेन पैसे मैं भजया जाना मेरी गल सुन मैं नहीं नहीं मेरी गल सुन तू ब्याज वाली गल छड़ यार फिर ब्याज वाली गल करी जानी है मैं तेरे तो मंगया ब्याज तेनू कह भी मैं ब्याज मैं तेन ब्याज से पैसे दिना पहला तू मेरे तो लैता लै मेरी गल सुन मैं औखा सौखा 1 लाख रुपये का हल कर दूंगा रोना पहला यार तू रोना बंद कर तू तो उई रोई जानी है माड़ी माड़ी गल तो रमी जानी है दस मैं 1 लाख का पक्का हल कर दूंगा हाँ मेरी गल सुनने वाले हूँ मैं इतने संगरूर आया होगा मैं इतों पैसे फड़ के मुंडे तो सीधा तेरे पिंड आऊँ सूए लवे उतो लै जी पैसे फड़ के कि फिर फोन जहा करी मैं वारी वारी फोन करी जावा ठीक है मैं खड़ना नहीं है बड़ा टाइम नाले गल सुन ला ये गल तेरे तो मेरे च ही रहे मेरे घर ना पता लगे जमा भी नहीं मेरी माँ देख ला फिर मेरे शतरौल बहुत फेरूगी ठीक है हाँ वो तू जमा टेंशन ना लै मैं 1 लाख रुपया लैके तेरे लवे आना बस मेरा फोन चक के मिनट 2 च आ जाई बाहर 2 भी ना लाई बस 2 सेकेंटे लाई हाँ ठीक है हाँ हाँ पक्का पक्का नाले टेंशन ना लै तू हाँ कोई नहीं जदों तेरा हाथ ठीक होया उदों मोड़ दी ठीक है नाले ब्याज ब्यूज वाली गल नहीं करनी हूँ ओके ओके चल चुप कर हूँ कमली ना हो ठीक है ਲਾਇ ਕਰੋ ਜੀ ਭਾਈ ਪੂਣਾ ਧਰ ਦੋ ਇਤੇ ਮੱਖੀ ਨਾ ਲੱਗ ਜੇ ਬਸ ਉਹਨੂੰ ਕਹਦੇ ਕਿਰਚ ਨੂੰ ਕਹਦੇ ਮੇਰੀ ਜਾਨ ਨੂੰ ਆ ਦੇਖੋ ਲੇਟ ਕਰਤਾ ਇਹਨੂੰ 2 ਟਾਈਮ ਦਾ ਆਟਾ ਜੀ ਇਹ 2 ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਲੋਹੇ ਦਾ ਗਮਾਲਾ ਨਾ ਮਾਰਦੇ ਆਪੇ ਤੇ ਕਿਉਂ ਜੀ ਮੱਟੀ ਬਣਾਉਣੇ ਆ ਮੱਟੀ ਦਾ ਬਾਅਦ ਚੋਂ ਬਣੂ ਇਹਦੀ ਤੁਸੀਂ ਐਂ ਕਰੋ ਜੀ ਖੜ ਜਾ ਤੁਸੀਂ ਜਾਓ ਆਟਾ ਲੈ ਕੇ ਕੋਠੇ ਤੇ ਮੈਂ ਥੱਲੇ ਪ੍ਰਾਂਤ ਫੜ ਕੇ ਰੱਖਦਾ ਉੱਪਰ ਆਉਣ ਦਿਓ ਤੁਸੀਂ ਇੱਟਾਂ ਵਾਂਗੂ ਜਿਸ ਹਿਸਾਬ ਨਾਲ ਤੁਸੀਂ 4th ਮੰਜ਼ਿਲ ਤੋਂ ਆਟਾ ਮੋੜ ਕੇ ਲਿਆਉਣਗੇ ਗੁੰਨਿਆਂ ਦਾ ਗਿਆ ਹੁਣ ਇਹਦਾ ਕਿਉਂ ਕਜੂੰਬਰ ਕੱਢਿਆ ਤੁਸੀਂ ਇਹਦਾ ਵਿਚਾਰ ਦਾ ਲਓ ਜੀ ਬੁਲਾਓ ਫਿਰ ਮੀਤੇ ਕਿਰਚਾ ਕਿਰਚ ਜਾਨ ਕਿਰਚਾ ਦੀਦੀ ਬਸ ਆ ਵੀ ਗੁੰਨਿਆ ਗਿਆ ਆ ਵੀ ਗੁੰਨਿਆ ਗਿਆ ਲਫੜਾ ਬਸ ਕਰੋ ਦੇ ਦਿਓ ਜੀ ਹੁਣ ਲਓ ਫੜਾ ਦੇ ਫੜਾਓ ਨਾ ਤੂੰ ਪ੍ਰਾਂਤ ਫੜਾ ਵਿੱਚ ਹਟ ਜਾ ਮੈਂ ਆਪੇ ਉਹ ਕਰ ਲੂੰਗੀ ਲੈ ਜਾ ਪ੍ਰਾਂਤ ਚੱਕ ਕੇ ਥੱਲਾ ਕੱਢ ਦੂਏ ਪ੍ਰਾਂਤ ਦਾ ਲੈ ਜਾ
ਬਹੁਤ ਜ਼ੋਰ ਲੱਗਦਾ ਜੀ ਮੱਕੀ ਦਾ ਆਟਾ ਗੁੰਨਣ ਤੇ ਤੁਹਾਨੂੰ ਕਦੋਂ ਜਲਦੀ ਬਣਾ ਦੇ ਰੋਟੀ ਕੋਈ ਨਾ ਕੋਈ ਨਾ ਬੋਲੇ ਹੱਥ ਨਾਲ ਸਹਿੰਦੀਆਂ ਸਹਿੰਦੀਆਂ ਲਾਦੀ ਬੋਲੀਆਂ ਹੀ ਆ ਜੇ ਕੁਝ ਹੋਰ ਕਰਨਾ ਅੱਜ ਹੋ ਜੇ ਜੀ ਕੰਮ ਹੈ ਅੱਜ ਹੋ ਜੇ ਕੰਮ ਜੇ ਕੁਝ ਬਹੁਤ ਨੇ ਆ ਦੋ ਬਹੁਤ ਹੋ ਗਿਆ ਟੂਸ ਤਾਂ ਬਹੁਤ ਹੁੰਦੇ ਆ ਇਹ ਅੱਛਾ ਜੀ ਹਾਂ ਆਈ ਭੈਣ ਦੀ ਲਾਉ ਦਿਨ ਖਲਜੀ ਇਹਦਾ ਤਾਂ ਕਰੀ ਆਪਾਂ ਕੰਮ ਮੇਰੇ ਤੇ ਬਹੁਤ ਵਜਨ ਹੈ ਜੀ ਕਾਹਦਾ ਮੈਂ ਜਿਹੜੇ ਪੈਸੇ ਚੱਕੇ ਗਏ ਹੁਣ ਤੁਹਾਡੀ ਭੈਣ ਨੇ ਚੱਕ ਲਏ ਅੱਛਾ ਗਲਤ ਗੱਲ ਆ ਉਹ ਪੈਸੇ ਦੇਣੇ ਨੇ ਜੀ ਮੈਂ ਕੋਈ ਗੱਲ ਨਹੀਂ ਤਾਂ ਬਦਨਾਮੀ ਹੋ ਜੂ ਉਹ ਗੱਲ ਨਹੀਂ ਮੇਰਾ ਤਾਂ ਸਾਰਾ ਮੁਹੱਲਾ ਹੀ ਉੱਥੇ ਰੌਲਾ ਪੈ ਜੂਗਾ ਕਿੰਨੇ ਪੈਸੇ ਦੀਏ ਪੈਸੇ 1.5 ਲੱਖ ਦੀ 100-150 ਘਟਿਆ ਹੋਇਆ ਦੀ ਮੈਨੂੰ ਲੱਗਦਾ ਹੈ ਹੈ 1.5 ਲੱਖ ਦੀ ਗੱਲ ਹਾਂ ਜੀ ਸਹੀ 1.5 ਲੱਖ ਹੈ ਗਲਤ ਗੱਲ ਆ ਬਈ ਇੰਨੀ ਚੱਕ ਲਏ ਮੈਨੂੰ ਤਾਂ ਜੀ ਯਕੀਨ ਨਹੀਂ ਰਿਹਾ ਮੈਂ ਤਾਂ ਤਲਾਕ ਦੇਊਂਗਾ ਤਲਾਕ ਦੇਣਾ ਹਾਂ ਜੀ ਤੂੰ ਐਂ ਕਰ ਮੈਂ ਤੇ ਕਰਚ ਲਾਉਣੀਆਂ ਰੋਟੀਆਂ ਹਾਂ ਜੀ ਸਨੀ ਦਾ ਟਾਈਮ ਹੋਣ ਵਾਲਾ ਫਿਰ ਟਾਈਮ ਨਾਲ ਮੁੜਿਆ ਜੇ ਭੱਜ ਕੇ ਜਾ ਕੇ ਤਲਾਕ ਦੇ ਆ ਫਿਰ ਤਲਾਕ ਹੈ ਜੀ ਉਹ ਵਿਆਹ ਦਾ ਕਾਰਡ ਨਹੀਂ ਹੈਗਾ ਅੱਛਾ ਸਮਾਂ ਲੱਗਦਾ ਹੁੰਦਾ ਸਮਾਂ ਲੱਗੂ ਕਚਹਿਰੀਆਂ ਚ ਮੇਲੇ ਹੋਣਗੇ ਪਰ ਮੈਂ ਇਹ ਫੰਡਿਆਂ ਚ ਕਦੇ ਪਿਆ ਨਹੀਂ ਨਾ ਕਚਹਿਰੀਆਂ ਚ ਮੇਲੇ ਹੋਣਗੇ ਜਦੋਂ ਪੈਣੀਆਂ ਤਰੀਕ ਛੋਡੇ ਪ੍ਰਾਹੁਣੇ ਦੀ ਆ ਜਾਓ ਫਿਰ ਆ ਗਿਆ